ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਹਾਂਜੀ ਜਿਹੜੇ ਕੀ ਆ ਕਦੂ ਖਾਣਾ ਪਸੰਦ ਨਹੀਂ ਕਰਦੇ ਅੱਜ ਆਪਾਂ ਉਹਨਾਂ ਦੇ ਲਈ ਲੈ ਕੇ ਆਏ ਆ ਬਹੁਤ ਹੀ ਵਧੀਆ ਟੇਸਟੀ ਟੇਸਟੀ ਸਨੈਕਸ ਸ਼ਾਮ ਦੀ ਚਾਹ ਦੇ ਨਾਲ ਝਟਪਟ ਬਣ ਕੇ ਤਿਆਰ ਉਮੀਦ ਕਰਦੀ ਆ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਉਗੀ ਪਸੰਦ ਆਈ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਹਾਂਜੀ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਓ ਜੀ ਆਪਾਂ ਕੀਆ ਕਰ ਦੋਨੋਂ ਸ਼ੈਲ ਲਿਆ ਪਹਿਲਾਂ ਆਪਾਂ ਇਹਨਾਂ ਨੂੰ ਧੋ ਲਿਆ ਸੀ ਧੋਣ ਤੋਂ ਬਾਅਦ ਇਹਨਾਂ ਨੂੰ ਸ਼ੈਲ ਲਿਆ ਛੇਲਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਕद्दूकस ਕਰਾਂਗੇ ਜੇਕਰ ਕਿ ਇਹ ਕਦੂ ਤਾਜੇ ਆ ਤਾਂ ਫਿਰ ਤਾਂ ਸਾਰੇ ਕਦੂ ਨੂੰ ਜਿਹੜਾ ਕद्दूकस ਕਰ ਲਵੋ ਜੇਕਰ ਵਿੱਚੋਂ ਸੌਫਟ ਆ ਬੀਆਂ ਵਾਲੇ ਆ ਪੱਕੇ ਆ ਤਾਂ ਫਿਰ ਸੈਡਾ ਸੈਡਾ ਤੋਂ ਕਰ ਲਓ ਤੇ ਵਿਚਾਲਾ ਭਾਗ ਆ ਜਿਹੜਾ ਉਸ ਦਾ ਕੱਢ ਦਵੋ ਹਾਂਜੀ ਆਪਾਂ ਦੋਨਾਂ ਨੂੰ ਕद्दूकस ਕਰ ਲਵਾਂਗੇ ਕद्दूकस ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਨਿਚੋੜ ਲਵਾਂਗੇ ਇੱਧਰ ਆਪਾਂ ਕੜਾਈ ਲੈ ਲਈ ਆ ਕੜਾਈ ਦੇ ਵਿੱਚ ਆਪਾਂ 2 ਚਮਚ ਸਰੋਂ ਦਾ ਤੇਲ ਲੈ ਲਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1.5 ਕੌਲੀ ਆਪਾਂ ਪਾਣੀ ਦੀ ਲੈ ਲੈਣੀ ਆ ਮੇਰਾ ਹਿਸਾਬ ਆ ਜੀ ਕੌਲੀਆਂ ਦੇ ਨਾਲ ਹੀ ਹੁੰਦਾ ਏ ਕੋਈ ਕੱਪ ਦੇ ਨਾਲ ਨਹੀਂ ਹੁੰਦਾ 1.5 ਕੌਲੀ ਆਪਾਂ ਇਹਦੇ ਵਿੱਚ ਪਾਣੀ ਨੇ ਪਾਣੀ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਦੋਂ ਪਾਣੀ ਨੂੰ ਉਬਾਲ ਆ ਗਿਆ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ଲੂਣ ਪਾਵਾਂਗੇ ਅੱਜ ਆਪਾਂ ਨਾ ਕੋਈ ਆਲੂ ਪਾਉਣੇ ਆ ਨਾ ਹੀ ਆਪਾਂ ਪਿਆਜ਼ ਤੇ ਨਾ ਹੀ ਆਪਾਂ ਵੇਸਣ ਪਾਉਣਾ ਪਾਣੀ ਹ ਜੀ ਗਰਮ ਹੋ ਗਿਆ ਹੁਣ ਆਪਾਂ ਅੱਧੀ ਗੋਲੀ ਸੂਜੀ ਦੀ ਲੈ ਲੈਣੀ ਆ ਲਓ ਜੀ ਤੇ ਹੁਣ ਅੱਧੀ ਗੋਲੀ ਆਪਾਂ ਲੈ ਲੈਣਾ ਚੌਲਾਂ ਦਾ ਆਟਾ ਚੌਲਾਂ ਨੂੰ ਤੁਸੀਂ ਉਬਾਲ ਕੇ ਵੀ ਲੈ ਸਕਦੇ ਆ ਜਾਂ ਚੌਲਾਂ ਦੇ ਆਟੇ ਨੂੰ ਧੋ ਕੇ ਸਕਾ ਕੇ ਤੇ ਮਿਕਸੀ ਕੱਪ ਦੇ ਵਿੱਚ ਉਸ ਨੂੰ ਪੀਸ ਕੇ ਉਸ ਦਾ ਜਿਹੜਾ ਆਟਾ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਆ ਬਹੁਤ ਹੀ ਸੌਖਾ ਹੋ ਜਾਂਦਾ ਹੈ ਚਾਵਲਾਂ ਦਾ ਆਟਾ ਬਣਾ ਕੇ ਤਿਆਰ ਹੋ ਜਾਂਦਾ ਹੈ ਜਿਆਦਾ ਟਾਈਮ ਨਹੀਂ ਲੱਗਦਾ ਹੁਣ ਆਪਾਂ ਇਹਨਾਂ ਨੂੰ 2 ਤੋਂ 3 ਮਿੰਟ ਇਸ ਤਰ੍ਹਾਂ ਸੇਕ ਲਵਾ ਲੈਣਾ ਚਾਵਲਾਂ ਦੇ ਆਟੇ ਤੇ ਸੂਜੀ ਨੂੰ ਤਾਂ ਕਿ ਜਿਹੜਾ ਚਾਵਲਾਂ ਦਾ ਆਟਾ ਤੇ ਸੂਜੀ ਆ ਉਹਦਾ ਕੱਚਾਪਾਣਾ ਦੂਰ ਹੋ ਜਾਵੇ ਤੇ ਫੁੱਲ ਕੇ ਜਿਹੜਾ ਇਹ ਦੋਨੋਂ ਚੀਜ਼ਾਂ ਤਿਆਰ ਹੋ ਜਾਣ ਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ 10-15 ਮਿੰਟ ਲਈ ਰੈਸਟ ਤੇ ਰੱਖਾਂਗੇ ਨਾਲੇ ਤਾਂ ਇਹ ਫੁੱਲ ਕੇ ਤਿਆਰ ਹੋ ਜਾਊਗਾ ਤੇ ਨਾਲੇ ਜਿਹੜਾ ਇਹ ਠੰਡਾ ਹੋ ਜਾਊਗਾ ਤੇ ਆਪਣਾ ਹੱਥਾ ਜਿਹੜਾ ਇਸ ਦੇ ਨਾਲ ਟੱਚ ਹੋਣ ਲੱਗ ਜੂਗਾ ਲਓ ਜੀ ਆਪਾਂ ਇਹਨੂੰ 2-3 ਮਿੰਟ ਲਈ ਸੇਕ ਲਵਾ ਲਿਆ ਹੁਣ ਆਪਾਂ ਗੈਸ ਨੂੰ ਕਰਤਾ ਬੰਦ ਤੇ ਇਹਨੂੰ 10-15 ਮਿੰਟ ਲਈ ਰੈਸਟ ਤੇ ਵੀ ਰੱਖਾਂਗੇ ਤੇ ਠੰਡਾ ਹੋਣ ਲਈ ਰਵੇ ਰੱਖਾਂਗੇ ਕਿਉਂਕਿ ਗਰਮ ਗਰਮ ਨੂੰ ਹੱਥ ਲਾਉਣਾ ਬਹੁਤ ਔਖਾ ਮੁਸ਼ਕਲ ਹਾਂਜੀ ਇੱਧਰ ਆਪਾਂ ਕੱਦੂ ਨੂੰ ਜਿਹੜਾ ਕੀਆ ਨੂੰ ਕੱਦੂ ਕਸ ਕਰ ਲਿਆ ਸੀ ਤੇ ਇਸ ਦਾ ਪਾਣੀ ਹੈ ਜਿਹੜਾ ਮੈਂ ਕੱਪੜੇ ਦੇ ਨਾਲ ਨਿਚੋੜਿਆ ਸੀਗਾ ਹੱਥਾਂ ਦੇ ਨਾਲ ਪੂਰੀ ਤਰ੍ਹਾਂ ਪਾਣੀ ਹੈ ਜਿਹੜਾ ਨਿਚੋੜਿਆ ਨਹੀਂ ਜਾਂਦਾਗਾ ਤੇ ਕੱਪੜੇ ਦੇ ਵਿੱਚ ਪਾ ਕੇ ਘੁੱਟ ਕੇ ਨਿਚੋੜ ਦੋ ਪਾਣੀ ਪੂਰਾ ਨਿਕਲ ਜਾਂਦਾ ਹੈ ਤੇ ਇਧਰ ਆਪਣੇ 15 ਮਿੰਟ ਹੋ ਗਏ ਐ ਨੂੰ ਪਏ ਨੂੰ ਤੇ ਠੰਡਾ ਹੋ ਗਿਆ ਹਾਲੇ ਵੀ ਹਲਕਾ ਜਾਂ ਗਰਮਾ ਹੱਥ ਆ ਜਿਹੜਾ ਗਰਮ ਲੱਗ ਰਿਹਾ ਏ ਤੇ ਇਸ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲ ਲੈਣਾ 2 ਮਿੰਟ ਇਹਨੂੰ ਮਸਾਲੋ ਇਸ ਤਰ੍ਹਾਂ ਡੋ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੀ ਆ ਕद्दूकस ਕੀਤਾ ਹੋਇਆ ਇਹਦੇ ਵਿੱਚ ਹੁਣ ਆਪਾਂ ਨੂੰ ਕੋਈ ਆਰਾ ਰੋਟ ਕਾਰਨਫਲੌਰ ਜਾਂ ਆਪਾਂ ਨੂੰ ਕੁਝ ਵੀ ਬੇਸਣ ਪਾਉਣ ਦੀ ਲੋੜ ਨਹੀਂ ਇਹ ਆਪਾਂ ਲੈ ਲਾ ਜੀ ਜੀਰਾ ਤੇ ਸਾਵਤ ਧਨੀਆ ਇੱਕ ਚਮਚ ਕੁੱਟਿਆ ਹੋਇਆ ਲੈ ਲਿਆ ਹੁਣ ਆਪਾਂ ਥੋੜੀ ਜਿਹੀ ਲਾਵਾਂਗੇ ਲਾਲ ਕੁੱਟੀ ਹੋਈ ਮਿਰਚ ਲਾਲ ਮਿਰਚ ਦਾ ਆਪਾਂ ਪਾਊਡਰ ਵੀ ਪਾਵਾਂਗੇ ਤੁਸੀਂ ਹਰੀ ਮਿਰਚ ਪਾਓ ਤਾਂ ਉਹ ਵੀ ਪਾ ਸਕਦੇ ਆ ਇਹ ਆ ਜੀ ਆਪਣਾ ਪਾਉ ਪਾਜੀ ਮਸਾਲਾ ਇਹਦੀ ਜਗ੍ਹਾ ਮੈਗੀ ਮਸਾਲਾ ਲੈ ਲਓ ਇਹ ਆ ਜੀ ਅੱਧਾ ਚਮਚ ਆਪਣਾ ਅੰਬਚੂਰ ਪਾਊਡਰ ਤੇ ਹੁਣ ਆਪਾਂ ਥੋੜੀ ਜਿਹੀ ਲਾਵਾਂਗੇ ਲਾਲ ਮਿਰਚ ਅੱਧਾ ਕ ਚਮਚ ਤੇ ਬਿਲਕੁਲ ਅੱਧੇ ਚਮਚੇ ਤੋਂ ਵੀ ਘੱਟ ਆਪਾਂ ਲਵਾਂਗੇ ਹਲਦੀ ਪਾਉਣਾ ਚਾਹੋ ਪਾ ਸਕਦੇ ਨੇ ਸਕਿੱਪ ਵੀ ਕਰ ਸਕਦੇ ਆ ਇਹਦੇ ਨਾਲ ਕਲਰ ਸੋਨਾ ਬਣ ਜਾਂਦਾ ਲੋ ਜੀ ਹੁਣ ਆਪਾਂ ਇਹਨਾਂ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਡੋ ਬਣਾ ਕੇ ਤਿਆਰ ਕਰ ਲੈਣਾ ਦੇਖੋ ਇਸ ਤਰ੍ਹਾਂ ਇਹਦੇ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਨਾ ਹੀ ਕੋਈ ਜ਼ਿਆਦਾ ਸਮਾਨ ਦੀ ਲੋੜ ਤੇ ਬਹੁਤ ਹੀ ਜਲਦੀ ਜਲਦੀ ਜਿਹੜਾ ਬਣ ਕੇ ਤਿਆਰ ਹੋ ਜਾਂਦੇ ਆ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਲਓ ਜੀ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਸਨੈਕਸ ਸ਼ੇਪ ਆ ਤੁਸੀਂ ਕੋਈ ਵੀ ਲੈ ਲਓ ਥੋੜਾ ਜਿਹਾ ਆਪਾਂ ਆਇਲ ਲਾ ਲਿਆ ਹੱਥਾਂ ਨੂੰ ਨਿੰਬੂ ਦੇ ਆਕਾਰ ਤੋਂ ਵੀ ਆਪਾਂ ਕੱਟ ਲਵਾਂਗੇ ਇਸ ਦੀ ਸ਼ੇਪ ਤੁਸੀਂ ਕਿਵੇਂ ਬਣਾਉਣੀ ਆ ਉਹ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਦੋ ਤਿੰਨ ਦੋ ਸ਼ੇਪਾਂ ਦਿਖਾ ਦਿੰਦੀ ਆ ਇਸ ਤਰ੍ਹਾਂ ਤੁਸੀਂ ਬਰਫੀ ਦੀ ਪੀਸ ਦੀ ਤਰ੍ਹਾਂ ਚੌਰਸ ਵੀ ਗੋਲ ਵੀ ਬਣਾ ਸਕਦੇ ਆ ਜਾਂ ਫਿਰ ਥਾਲੀ ਦੇ ਵਿੱਚ ਸੈੱਟ ਕਰ ਲਓ ਤੇ ਉਸ ਨੂੰ ਕੱਟ ਸਕਦੇ ਆ ਤੁਸੀਂ ਕਰਦ ਦੇ ਨਾਲ ਵੀ ਇਸ ਤਰ੍ਹਾਂ ਦੇਖੋ ਚੌਰਸ ਜਿਵੇਂ ਵੀ ਤੁਹਾਨੂੰ ਪਸੰਦ ਆ ਤੁਸੀਂ ਸੌਖੇ ਲੱਗਦੇ ਬਣਾਉਣੇ ਉਸ ਤਰੀਕੇ ਦੇ ਬਣਾ ਲਓ ਸਿਲੰਡਰ ਸ਼ੇਪ ਬਣਾ ਲਓ ਉਹ ਵੀ ਬਹੁਤ ਈਜ਼ੀ ਆ ਗੋਲ ਗੋਲੇ ਬਣਾ ਲਓ ਨਿੰਬੂ ਆਕਾਰ ਦੇ ਉਹ ਵੀ ਠੀਕ ਆ ਜੇਕਰ ਤੁਸੀਂ ਸ਼ੈਲੋ ਫਰਾਈ ਕਰਨਾ ਚਾਹੁੰਦੇ ਆ ਤਾਂ ਫਿਰ ਤੁਸੀਂ ਟਿੱਕੀ ਦੀ ਸ਼ੇਪ ਦੇ ਦਿਓ ਜੇ ਤੁਸੀਂ ਡੀਪ ਫਰਾਈ ਕਰਨਾ ਚਾਹੁੰਦੇ ਆ ਫਿਰ ਤੁਸੀਂ ਗੋਲ ਗੋਲੇ ਜਾਂ ਸਿਲੰਡਰ ਸ਼ੇਪ ਬਣਾ ਲਓ ਉਹ ਤੁਹਾਡੀ ਮਰਜ਼ੀ ਆ ਜੋ ਵੀ ਤੁਹਾਨੂੰ ਈਜ਼ੀ ਲੱਗਦਾ ਸੌਖਾ ਲੱਗਦਾ ਜੇ ਤੁਸੀਂ ਨਹੀਂ ਜ਼ਿਆਦਾ ਆਇਲੀ ਖਾਣਾ ਚਾਹੁੰਦੇ ਤਾਂ ਫਿਰ ਤੁਸੀਂ ਟਿੱਕੀ ਦੀ ਸ਼ੇਪ ਦੇ ਦਿਓ ਜਾਂ ਬਰਫੀ ਦਾ ਪੀਸ ਦੀ ਤਰ੍ਹਾਂ ਸ਼ੇਪ ਦੇ ਦੋ ਮੈਂ ਸਿਲੰਡਰ ਦੀ ਸ਼ੇਪ ਵੀ ਬਣਾ ਕੇ ਤੁਹਾਨੂੰ ਦਿਖਾਤੀ ਆ ਤੇ ਆਪਾਂ ਬਣਾਵਾਂਗੇ ਸਿਲੰਡਰ ਦੀ ਸ਼ੇਪ ਕਿਉਂਕਿ ਆਪਾਂ ਲੱਗੇ ਆ ਜੀ ਡੀ ਫਰਾਈ ਕਰਨ ਤੁਹਾਨੂੰ ਡੀ ਫਰਾਈ ਕਰਕੇ ਵੀ ਦਿਖਾਵਾਂਗੇ ਤੁਹਾਨੂੰ ਸ਼ੈਲੋ ਫਰਾਈ ਕਰਕੇ ਵੀ ਦਿਖਾਵਾਂਗੇ ਦੋ ਤਰ੍ਹਾਂ ਦਾ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਜਿਹੜੇ ਤੁਹਾਨੂੰ ਪਸੰਦ ਲਓ ਜੀ ਇਧਰ ਆਪਣੇ ਸਨੈਕਸ ਆ ਜਿਹੜੇ ਬਣਾ ਕੇ ਤਿਆਰ ਕਰ ਲਿਆ ਤੇ ਇੱਕ ਸਨੈਕਸ ਦਾ ਆਪਾਂ ਤੁਹਾਨੂੰ ਡਿਜ਼ਾਈਨ ਬਣਾਇਆ ਦਿਖਾਉਣੀ ਆ ਦੇਖੋ ਮੈਂ ਡਿਜ਼ਾਈਨ ਬਣਾਇਆ ਇੱਕ ਫੁੱਲ ਜਿਹਾ ਬਣਾ ਲਿਆ ਉਹ ਤਾਂ ਵੈਸੇ ਕੋਈ ਗੱਲ ਨਹੀਂਗਾ ਦੇਖੋ ਕੋਈ ਵੀ ਸ਼ੇਪ ਬਣਾ ਕੇ ਤਿਆਰ ਕਰ ਲਓ ਇੱਧਰ ਆਪਣਾ ਤੇਲ ਆ ਜਿਹੜਾ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਡੀ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਸ਼ੈਲੋ ਫਰਾਈ ਕਰਕੇ ਵੀ ਦਿਖਾਵਾਂਗੇ ਲਓ ਜੀ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਬਾਅਦ ਵਿੱਚ ਇੱਕ ਵਾਰ ਗੈਸ ਨੂੰ ਲੋ ਕਰ ਦਿਓ ਮੀਡੀਅਮ ਤੇ ਰੱਖ ਕੇ ਫਿਰ ਤੁਸੀਂ ਜਦੋਂ ਫੇਰ ਵਿੱਚ ਦੀ ਜਿਹੜਾ ਹਾਈ ਕਰ ਦਿਓ ਇਸ ਤਰ੍ਹਾਂ ਹੁੰਦਾ ਲਗਾਤਾਰ ਹਾਈ ਵੀ ਨਹੀਂ ਕਰਨਾ ਤੇ ਲਗਾਤਾਰ ਜਿਹੜਾ ਲੋ ਤੋਂ ਵੀ ਨਹੀਂ ਪਕਾਉਣਾ ਨਹੀਂ ਤਾਂ ਫਿਰ ਜ਼ਿਆਦਾ ਆਇਲੀ ਹੋ ਜਾਣਗੇ ਜੇ ਆਪਾਂ ਬਿਲਕੁਲ ਲੋ ਗੈਸ ਤੇ ਇਹਨਾਂ ਨੂੰ ਫਰਾਈ ਕਰਾਂਗੇ ਫਿਰ ਇਹ ਜ਼ਿਆਦਾ ਆਇਲੀ ਹੋ ਜਾਣਗੇ ਤੇ ਇੱਕ ਵਾਰ ਜਦੋਂ ਪੂਰੀ ਤਰ੍ਹਾਂ ਤੇਲ ਗਰਮ ਹੋ ਜਾਵੇ ਤਾਂ ਗੈਸ ਨੂੰ ਜਿਹੜਾ ਲੋ ਕਰ ਦਿਓ ਉਸ ਤੋਂ ਪਾਉਣ ਤੋਂ ਬਾਅਦ 1 ਮਿੰਟ ਬਾਅਦ ਫਿਰ ਗੈਸ ਨੂੰ ਹਾਈ ਕਰ ਦਿਓ ਤਾਂ ਕਿ ਜਿਹੜਾ ਇਹ ਜ਼ਿਆਦਾ ਆਇਲੀ ਨਾ ਬਣ ਵਿੱਚੋਂ ਜ਼ਿਆਦਾ ਸੌਫਟ ਨਾ ਬਣ क्रਿਸਪੀ ਬਣ ਜਾਣ ਤੇ ਇਹਨਾਂ ਨੂੰ ਆਪਾਂ 골ਡਨ ਹੋਣ ਤੱਕ ਫਰਾਈ ਕਰ ਲੈਣਾ ਜਦੋਂ ਆਪਣਾ ਇਹਨਾਂ ਦਾ ਕਲਰ ਚੇਂਜ ਹੋ ਜਾਊਗਾ ਆ ਦੇਖੋ ਲਓ ਜੀ ਇਹ ਆਪਣੇ ਡੀ ਫਰਾਈ ਹੋ ਗਏ ਆ ਇਸੇ ਤਰ੍ਹਾਂ ਆਪਾਂ ਸਾਰੇ ਸਨੈਕਸ ਜਿਹੜੇ ਇਹਨਾਂ ਨੂੰ ਫਰਾਈ ਕਰ ਲੈਣਾ ਇਹ ਬਹੁਤ ਹੀ ਸੌਖਾ ਹੈ ਕਈ ਵਾਰ ਆਪਣਾ ਹੁੰਦਾ ਵੀ ਆਲੂ ਉਬਾਲਣੇ ਪੈਣਗੇ ਜਾਂ ਕਦੂਕਾਸ ਕਰਨੇ ਪੈਣਗੇ ਜਾਂ ਨਹੀਂ ਹੁੰਦੇ ਪਿਆਜ਼ ਪਾਉਣਾ ਪੋਗਾ ਆਪਾਂ ਨਾ ਕੋਈ ਆਲੂ ਨਾ ਵੇਸਣ ਨਾ ਪਿਆਜ਼ ਕੋਈ ਵੀ ਨਹੀਂ ਸਿਰਫ ਇੱਕ ਕੌਲੀ ਤੁਸੀਂ ਕੱਲੀ ਸੂਜੀ ਦੀ ਲੈ ਲਓ ਜੇਕਰ ਤੁਹਾਡੇ ਕੋਲੇ ਚੌਲਾਂ ਦਾ ਆਟਾ ਨਹੀਂ ਹੈਗਾ ਜਾਂ ਫਿਰ ਚੌਲਾਂ ਨੂੰ ਉਬਾਲ ਕੇ ਚੌਲਾਂ ਨੂੰ ਲੈ ਲਓ ਜਾਂ ਪੀਸ ਕੇ ਲੈ ਲਓ ਜੇਕਰ ਪਾਉਣਾ ਚਾਹੁੰਦੇ ਆ ਤੇ ਨਹੀਂ ਕੱਲੀ ਸੂਜੀ ਲੈ ਲਓ ਇੱਕ ਕੌਲੀ ਤੇ ਜੇ ਵੇਸਣ ਲੈਣਾ ਚਾਹੋ ਨੇ ਵੇਸਣ ਲੈ ਲਓ ਮੈਦਾ ਲੈ ਲਓ ਜੇਕਰ ਕਾਰਨ ਫਲੋਰ ਹੈਗਾ ਕੌਲੀ ਉਹ ਲੈ ਲਓ ਤਾਂ ਕਿ ਇਹਨਾਂ ਦੀ ਬਾਈਂਡਿੰਗ ਜਿਹੜੀ ਵਧੀਆ ਹੋ ਸਕੇ ਲੋ ਜੀ ਆਪਾਂ ਅਗਲਾ ਬੈਚ ਵੀ ਇਹਨਾਂ ਨੂੰ ਫ੍ਰਾਈ ਕਰ ਲਿਆ ਹੁਣ ਆਪਾਂ ਇੱਧਰ ਬਣਾ ਲਏ ਜ ਇਹਨਾਂ ਨੂੰ ਪਤਲੇ ਕਰ ਲਿਆ ਪੀਸਾ ਨੂੰ ਆ ਤੁਹਾਨੂੰ ਦੱਸ ਹੀ ਰਹੇ ਹਾਂ ਨਾ ਮੈਂ ਇਹਨਾਂ ਪੀਸਾ ਨੂੰ ਪਤਲੇ ਕਰਕੇ ਤੇ ਆਪਾਂ ਇਹਨਾਂ ਨੂੰ ਸ਼ੈਲੋ ਫ੍ਰਾਈ ਕਰਾਂਗੇ ਕਈ ਵਾਰ ਹੁੰਦਾ ਕਿਸੇ ਨੂੰ ਜ਼ਿਆਦਾ ਡੀਪ ਆ ਜ਼ਿਆਦਾ ਆਇਲੀ ਜਿਹੜੇ ਨਹੀਂ ਪਸੰਦ ਹੁੰਦੇ ਘੱਟ ਆਇਲੀ ਜਿਹੜੇ ਵਧੀਆ ਲੱਗਦੇ ਆ ਤੇ ਆਪਾਂ ਤੁਹਾਨੂੰ ਦੋ ਤਰੀਕਿਆਂ ਦੇ ਨਾਲ ਹੀ ਦਿਖਾਤੇ ਆ ਕਿਉਂਕਿ ਸ਼ੈਲੋ ਫਰਾਈ ਦੇ ਵਿੱਚ ਫਿਰ ਜੇ ਆਪਾਂ ਮੋਟਾ ਪੀਸ ਲਵਾਂਗੇ ਫਿਰ ਅੰਦਰ ਤੱਕ ਉਹਨਾਂ ਨੇ ਸਿਕਣਾ ਨਹੀਂ ਅੰਦਰੋਂ ਕੱਚੇ ਰਹਿ ਜਾਣਗੇ ਸ਼ੈਲੋ ਫਰਾਈ ਦੇ ਵਿੱਚ ਜਦੋਂ ਵੀ ਸ਼ੈਲੋ ਫਰਾਈ ਕਰਨਾ ਉਹਨਾਂ ਨੂੰ ਜਿਹੜੇ ਆ ਥੋੜਾ ਪੀਸ ਨੂੰ ਪਤਲਾ ਕਰ ਲਵੋ ਤਾਂ ਕਿ ਅੰਦਰ ਤੱਕ ਉਹਨਾਂ ਦੇ ਸੇਕ ਲੱਗ ਜਾਵੇ ਆ ਦੇਖੋ ਇਹਨਾਂ ਨੂੰ ਵੀ ਆਪਾਂ 골ਡਨ ਹੋਣ ਤੱਕ ਫਰਾਈ ਕਰ ਲੈਣਾ ਲਓ ਜੀ ਇੱਧਰ ਆਪਣੇ ਪਲੇਟਿੰਗ ਕਰ ਲਈ ਆ ਕੈਚਅਪ ਦੇ ਨਾਲ ਕਲਰ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਇਆ ਹਾਂਜੀ ਜਿਹੜੇ ਨਹੀਂ ਖਿਆ ਕਦੂ ਖਾਣਾ ਪਸੰਦ ਕਰਦੇ ਉਹਨਾਂ ਨੂੰ ਵੀ ਤੁਸੀਂ ਇਹ ਬਣਾ ਕੇ ਖਵਾਓ ਤੇ ਹਰ ਰੋਜ ਜਿਹੜਾ ਤੁਹਾਡੇ ਤੋਂ ਮੰਗਣਗੇ ਤੁਹਾਨੂੰ ਬਣਾਉਣ ਦੇ ਲਈ ਕਹਿਣਗੇ ਲਓ ਜੀ ਆ ਗਿਆ ਮੂੰਹ ਦੇ ਵਿੱਚ ਪਾਣੀ ਬਹੁਤ ਹੀ ਟੇਸਟੀ ਬਣਿਆ ਬਹੁਤ ਹੀ ਲਾਜਵਾਬ ਬਣਿਆ ਜੀ ਬਾਕੀ ਤੁਸੀਂ ਦੱਸਣਾ ਤੁਹਾਨੂੰ ਦੇਖਣ ਦੇ ਵਿੱਚ ਕਿਵੇਂ ਲੱਗੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖੋ ਤੁਹਾਨੂੰ ਜਰੂਰ ਪਸੰਦ ਆਉਣਗੇ ਤੁਹਾਡੇ ਫੈਮਿਲੀ ਮੈਂਬਰ ਨੂੰ ਤੁਹਾਡੇ ਬੱਚਿਆਂ ਨੂੰ ਜਰੂਰ ਪਸੰਦ ਆਉਣਗੇ ਚਲੋ ਠੀਕ ਆ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ ਓਕੇ ਬਾਏ ਬਾਏ